ਹੈਲੋ ਬੱਚੋ ਵੈਲਕਮ ਬੈਕ ਟੂ ਮਾਈ YouTube ਚੈਨਲ ਬੱਚੋ ਅੱਜ ਆਪਾਂ ਕਰ ਰਹੇ ਆ ਪੱਤਰ ਕਿਸੇ ਪੁਸਤਕ ਵੇਚਣ ਵਾਲੇ ਨੂੰ ਪੱਤਰ ਲਿਖੋ ਜਿਸ ਵਿੱਚ ਕੁਝ ਪੁਸਤਕਾਂ ਮੰਗਵਾਉਣ ਲਈ ਆਖਿਆ ਗਿਆ ਹੋਵੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਹੈ ਬੱਚੋ ਤਾਂ ਚਲੋ ਕਰਦੇ ਆ ਆਪਾਂ ਆਪਣਾ ਪੱਤਰ ਸਟਾਰਟ ਕਿਸੇ ਪੁਸਤਕ ਵੇਚਣ ਵਾਲੇ ਨੂੰ ਪੱਤਰ ਲਿਖੋ ਜਿਸ ਵਿੱਚ ਕੁਝ ਕਿਤਾਬਾਂ ਮੰਗਵਾਉਣ ਲਈ ਆਖਿਆ ਗਿਆ ਹੋਵੇ ਸਭ ਤੋਂ ਪਹਿਲਾਂ ਲਿਖਾਂਗੇ ਬੱਚਿਓ ਆਪਾਂ ਸੇਵਾ ਵਿਖੇ ਮੈਨੇਜਰ ਸਾਹਿਬ ਦੀ ਪਬਲਿਕੇਸ਼ਨ ਅੱਡਾ ਟਾਡਾ ਜਲੰਧਰ ਸ਼ਹਿਰ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਨੂੰ ਹੇਠ ਲਿਖੀਆਂ ਕੁਝ ਕਿਤਾਬਾਂ ਦੀ ਬਹੁਤ ਲੋੜ ਹੈ ਇਸ ਲਈ ਇਹ ਲੋੜਿੰਦੀਆਂ ਪੁਸਤਕਾਂ ਜਲਦੀ ਤੋਂ ਜਲਦੀ ਪਾਰਸਲ ਰਾਹੀਂ ਭੇਜ ਕੇ ਕੀਮਤ ਵਸੂਲ ਕਰ ਲੈਣੀ ਪੁਸਤਕਾਂ ਭੇਜਣ ਤੋਂ ਪਹਿਲਾਂ ਇਹ ਖਿਆਲ ਰੱਖਣਾ ਕਿ ਉਹ ਫਟੀਆਂ ਹੋਈਆਂ ਨਾ ਹੋਣ ਨਵੇਂ ਸੰਸਕਰਨ ਦੀਆਂ ਹੋਣ ਅਤੇ ਪੰਨੇ ਅੱਗੇ ਪਿੱਛੇ ਨਾ ਲੱਗੇ ਹੋਣ ਪੁਸਤਕ ਤੇ ਵੱਧ ਤੋਂ ਵੱਧ ਛੋਟ ਦੇਣ ਦੀ ਕਿਰਪਾਲਤਾ ਕਰਨੀ ਪੁਸਤਕਾਂ ਦੀ ਸੂਚੀ ਇਸ ਪ੍ਰਕਾਰ ਹੈ ਨੰਬਰ 1 प्रदीप ਸਟੈਂਡਰਡ ਕਸਾਈਜ਼ ਡਿਕਸ਼ਨਰੀ ਨੰਬਰ 2 ਦੀਪ ओरिएंट ਕੰਸਾਈਜ਼ ਡਿਕਸ਼ਨਰੀ ਨੰਬਰ 3 प्रदीपਸ ਕਾਲਰ ਕੰਸਾਈਜ਼ ਡਿਕਸ਼ਨਰੀ ਨੰਬਰ 4 प्रदीप ਕੁੱਕਰੀ ਬੁੱਕ ਪੁਸਤਕਾਂ ਜਲਦੀ ਭੇਜਣ ਲਈ ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ਬੱਚੋ ਬੁੱਕਸ ਦੇ ਨਾਮ ਦੇ ਨਾਲ ਜਿਹੜਾ ਲਿਖਿਆ ਹੋਇਆ 160 110 180 ਤੇ 90 ਇਹ ਇਹਨਾਂ ਦਾ ਰੇਟ ਹੈ ਮੁੱਲ ਹੈ ਠੀਕ ਹੈ ਬੱਚੋ ਤਾਂ ਚਲੋ ਹੁਣ ਅੱਗੇ ਆਪ ਦਾ ਸ਼ੁਭਚਿੰਤਕ ਨਵਦੀਪ ਸਿੰਘ ਪਤਾ ਸ਼੍ਰੇਣੀ 10ਵੀਂ ਖਾਲਸਾ ਹਾਈ ਸਕੂਲ ਮਿਤੀ 2 ਮਈ 2020 ਚੰਡੀਗੜ੍ਹ ਫੇਰ ਦੁਆਰਾ نیچے ਮਿਤੀ ਤਾਂ ਬੱਚੋ ਏਸੀ ਸਾਡਾ ਪੱਤਰ ਜੇ ਵਧੀਆ ਲੱਗਿਆ ਸਮਝ ਆਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਧੰਨਵਾਦ